ਬੈਕਗ੍ਰਾਉਂਡ ਟੀਮ ਪੰਜਾਬੀ ਮੇਰੇ ਨਾਲ ਇਸ ਟਾਈਮ ਜੋ ਸੁਪਰ ਸਟਾਰ ਟੌਪ ਦਾ ਪਲੇਅਰ ਖੁਸ਼ੀ ਦੁੱਗਾ ਆ ਉਹ ਕਰਦੇ ਹਾਂ ਸਵਾਗਤ ਖੁਸ਼ੀ ਦੁੱਗਾ ਸਾਹਿਬ ਦਾ ਖੁਸ਼ੀ ਤੁਹਾਡਾ ਸਵਾਗਤ ਹੈ ਟੀਮ ਪੰਜਾਬੀ ਦੇ ਹਾਂਜੀ ਸਾਰੇ ਟੀਮ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਨੂੰ ਤੇ ਖੁਸ਼ੀ ਦੇ ਚਾਹਣ ਵਾਲਿਆਂ ਨੂੰ ਖੁਸ਼ੀ ਵੱਲੋਂ ਸਤਿ ਸ੍ਰੀ ਅਕਾਲ ਕੀ ਬਾਤ ਹੈ ਖੁਸ਼ੀ ਜੀ ਫਿੱਟ ਹੋ ਵਧੀਆ ਸੀਜ਼ਨ ਚੱਲ ਰਿਹਾ ਕਿਹੋ ਜਿਹਾ ਚੱਲ ਰਿਹਾ 2020 ਸੀਜ਼ਨ ਕਬੱਡੀ ਦਾ ਹਾਂਜੀ ਵਧੀਆ ਚੱਲ ਰਿਹਾ ਹਜੇ ਮੈਚ ਥੋੜ੍ਹੇ ਖੇਡ ਰਹੇ ਹਾਂ ਅਤੇ ਹੁਣ ਜਿੱਦਾਂ ਕਿ ਰੈਗੂਲਰ ਖੇਡੀ ਜਾਂਦੇ ਹਾਂ ਅਤੇ ਹੁਣ ਕੱਲ੍ਹ ਨੂੰ ਜਿੱਦਾਂ ਆਪਣੇ ਵੀਰ ਗੁਰੂ ਰੰਧਾਵੇ ਦੇ ਪਿੰਡ ਕਾਪਾ ਜਿਹੜੇ ਆਪਾਂ ਡੇਟ ਲਈ ਸੀ ਹੈ ਨਾ ਅਤੇ ਪਹਿਲਾ ਕੱਪ ਹੋ ਰਿਹਾ ਅਤੇ ਉਹ ਆਪਣਾ ਭਰਾ ਬਹੁਤ ਵਧੀਆ ਸਿੰਗਰ ਆ ਅਤੇ ਉਹਦੇ ਪਿੰਡ ਟੂਰਨਾਮੈਂਟ ਆਪਾਂ ਕਹਿੰਦੇ ਵਧੀਆ ਹੋਵੇ ਅਤੇ ਉਹ ਪਹਿਲਾ ਟੂਰਨਾਮੈਂਟ ਸਾਡੀ ਕਬੱਡੀ ਨਾਲ ਜੁੜ ਰਿਹਾ ਅਤੇ ਅਸੀਂ ਚਾਹੁੰਦੇ ਹਾਂ ਵੀ ਉੱਥੇ ਵਧੀਆ ਕਬੱਡੀ ਦੇਖਣ ਨੂੰ ਮਿਲੇ ਅਤੇ ਉਹ ਹੋਰ ਵੀ ਵਧੀਆ ਵਧੀਆ ਟੂਰਨਾਮੈਂਟ ਕਰਾਵੇ ਅੱਛਾ ਤੁਸੀਂ ਪਾਕਿਸਤਾਨ ਤੋਂ ਬੜੇ ਮੈਸੇਜ ਆ ਰਹੇ ਨੇ ਤੁਹਾਡੇ ਚਾਹੁਣ ਵਾਲੇ ਬਹੁਤ ਨੇ ਜੇ ਮੈਂ ਗੱਲ ਕਰਾਂ ਤਿੰਨ ਬੰਦਿਆਂ ਦੀ ਪਾਲਾ ਖੁਸ਼ੀ ਅਤੇ ਦੁੱਲਾ ਪਾਕਿਸਤਾਨ ਦੇ ਵਿੱਚ 100% ਜਿਹੜੇ ਤੁਹਾਡੇ ਫੈਨਸ ਨੇ ਤੁਸੀਂ ਜਾ ਰਹੇ ਹੋ ਪਾਕਿਸਤਾਨ ਜਾਂ ਨਹੀਂ ਹਾਂਜੀ ਮੈਂ ਜਾ ਰਿਹਾ ਮੈਂ ਕੱਲ੍ਹ ਵਾਲਾ ਕੱਪ ਖੇਡ ਕੇ ਗੁਰੂ ਦੇ ਪਿੰਡ ਵਾਲਾ ਧਾਰੋ ਵਾਲੀ ਕੱਪ ਖੇਡ ਕੇ 11 ਤਰੀਕ ਨੂੰ ਮੈਂ ਜਾਊਂਗਾ ਅਤੇ ਹਾਂਜੀ ਮੈਨੂੰ ਮੇਰੇ ਜਿੱਦਾਂ ਉਹਨਾਂ ਟੀਮ ਦੇ ਵਿੱਚ ਨਾਂ ਆਇਆ ਅਤੇ ਮੈਂ ਮੇਰਾ ਵੀਜ਼ਾ ਫੜੂੰਗਾ ਪਾਸਪੋਰਟ ਮੇਰਾ ਦਿੱਤਾ ਹੋਇਆ ਸੀ ਫੜ ਕੇ ਫਿਰ ਮੈਂ ਜਾਊਂਗਾ ਜੀ ਖੁਸ਼ੀ ਦੁੱਗਾ ਪਹੁੰਚ ਰਿਹਾ ਜੀ ਪਾਕਿਸਤਾਨ ਦੀਆਂ ਗਰਾਊਂਡਾਂ ਦੇ ਵਿੱਚ ਪਾਕਿਸਤਾਨ ਦੇ ਜਿੰਨੇ ਵੀ ਫੈਨਸ ਨੇ ਉਹਨਾਂ ਲਈ ਇਹ ਗੁੱਡ ਨਿਊਜ਼ ਆ ਬਹੁਤ ਵਧੀਆ ਪਲੇਅਰ ਨੇ ਅੱਛਾ ਖੁਸ਼ੀ ਕਿਹੋ ਜਿਹਾ ਲੱਗਦਾ ਇਸ ਸਾਲ ਟੈਸਟ ਹੋ ਰਹੇ ਨੇ ਹੁਣ ਸਾਰੇ ਪਾਸੇ ਤੁਸੀਂ ਆਪਣਾ ਟੈਸਟ ਦੇ ਦਿੱਤਾ ਆਲਰੇਡੀ ਕੁਐਸਟ ਲੈਬ ਨੂੰ ਜਾਂ ਹਜੇ ਟਾਈਮ ਲੈ ਰਹੇ ਹੋ ਹਾਂਜੀ ਮੈਂ ਜਿੱਦਾਂ ਕਿ ਮੈਂ 30 ਜੂਨ ਨੂੰ ਆਪਣਾ ਡੌਪ ਟੈਸਟ ਦੇ ਚੁੱਕਿਆ ਜੀ ਕੈਨੇਡਾ ਦੇ ਵਿੱਚ ਹੈ ਨਾ ਅਤੇ ਆਪਣਾ ਉਦੋਂ ਵੀ ਕਲੀਅਰ ਸੀ ਅਤੇ ਕੁਐਸਟ ਲੈਬ ਨੂੰ ਮੈਂ ਟੈਸਟ ਦੇ ਆਇਆ ਅਤੇ ਉਹ ਮੈਂ ਮੇਰੇ ਕੋਲ ਰਸੀਦ ਵੀ ਗੱਡੀ ਦੇ ਵਿੱਚ ਪਈ ਆ 18,500 ਰੁਪਏ ਦੀ ਅਤੇ ਵੀ ਮੈਂ ਦੇ ਆਇਆ ਅਤੇ ਮੈਂ ਦੇ ਕੇ ਆਇਆਂਗਾ 15 ਤਰੀਕ ਨੂੰ ਟੈਸਟ ਦੇ ਕੇ ਆਇਆ ਮੈਂ 15 ਜਨਵਰੀ ਨੂੰ ਵਾਹ ਜੀ ਵਾਹ ਖੁਸ਼ੀ ਮੈਂ ਬਹੁਤ ਖੁਸ਼ ਹੁੰਦਾ ਜਦੋਂ ਤੂੰ ਹਮੇਸ਼ਾ ਇੱਦਾਂ ਦੇ ਕੋਈ ਟੈਸਟ ਆਉਂਦੇ ਨੇ ਜਾਂ ਕੋਈ ਡਿਊਪ ਦੀ ਗੱਲ ਹੋਵੇ ਜਾਂ ਟਾਈਮ ਦੀ ਗੱਲ ਹੋਵੇ ਖੁਸ਼ੀ ਹਮੇਸ਼ਾ ਫਰੰਟ ਦੀ ਲਾਈਨ 'ਚ ਹੁੰਦਾ ਪਿਛਲੇ ਸਾਲ ਵੀ ਤੁਹਾਡਾ 6-7 ਵਾਰੀ ਟੈਸਟ ਹੋਇਆ ਔਰ ਤੁਸੀਂ ਕਲੀਅਰ ਕੀਤਾ ਵਧਾਈ ਦੇ ਹੱਕਦਾਰ ਹੋ ਬੜਾ ਖੁਸ਼ੀ ਹੁੰਦੀ ਦਿਲ ਨੂੰ ਕਿ ਤੁਸੀਂ ਨਰੋਲ ਐਂਡ ਨੀਟ ਮਿਹਨਤ ਕਰਕੇ ਇਸ ਟਾਈਮ ਟੌਪ ਦੇ ਰੇਡਰਾਂ ਨੂੰ ਵਕਤ ਪਾ ਦਿੰਦੇ ਹੋ ਹਾਂਜੀ ਜਦੋਂ ਮਿਹਨਤ ਦਾ ਸ਼ੌਂਕ ਆ ਪਹਿਲਾਂ ਜਿੱਦਾਂ ਕਿ ਤਕੜੇ ਹੋਣ ਲਈ ਮਿਹਨਤ ਕਰਦੇ ਜੀ ਉਦੋਂ ਬਾਅਦ ਹੁਣ ਸ਼ੌਂਕ ਬਣਿਆ ਹੋਇਆ ਮਿਹਨਤ ਕਰਦੇ ਹਾਂ ਅਤੇ ਪਰ ਜੇ ਜਿੱਦਾਂ ਕਿ ਕਹਿ ਦਈਏ ਵੀ ਹੁਣ ਸਾਰੀਆਂ ਕਬੱਡੀ ਫੈਡਰੇਸ਼ਨਾਂ ਨੇ ਇੱਕ ਥਾਂ 'ਤੇ ਆ ਕੇ ਇਹ ਟੈਸਟਿੰਗ ਵਾਲੀ ਉਹ ਕੀਤੀ ਆ ਮੈਂ ਉਹਦੇ ਵਿੱਚ ਮੂਹਰੇ ਹੋਊਂਗਾ ਐਨੀ ਟਾਈਮ ਕੋਈ ਵੀ ਫੈਡਰੇਸ਼ਨ ਮੇਰਾ ਕਿਤੇ ਵੀ ਟੈਸਟ ਕਰਾਉਂਦੀ ਹੈ ਅਤੇ ਮੈਂ ਕਰਾਉਣ ਲਈ ਤਿਆਰ ਹਾਂ ਅਤੇ ਮੇਜਰ ਲੀਗ ਕਬੱਡੀ ਦੇ ਵਿੱਚ ਵੀ ਇਸ ਵਾਰ ਸਾਰਾ ਟੂਰਨਾਮੈਂਟਾਂ ਦੇ ਵੀ ਬੋਲਿਆ ਜਾਂਦਾ ਜੇ ਵੀ ਕੋਈ ਵੀ ਵਰਲਡ ਦੀ ਫੈਡਰੇਸ਼ਨ ਆ ਕੇ ਟੈਸਟ ਕਰਾਉਣਾ ਚਾਹੁੰਦੀ ਸਾਡੀ ਫੈਡਰੇਸ਼ਨ ਦੇ ਪਲੇਅਰਾਂ ਦਾ ਚਾਹੇ ਦੀ ਉਹ ਡਰੱਗ ਟੈਸਟ ਆ ਚਾਹੇ ਦੀ ਉਹ ਡੋਪ ਟੈਸਟ ਆ ਅਤੇ ਐਨੀ ਟਾਈਮ ਕਿਸੇ ਵੀ ਕੋਈ ਵੀ ਪਲੇਅਰ ਇੱਦਾਂ ਨਹੀਂ ਹੋਊਗਾ ਵੀ ਉਹ ਤਾਂ ਭੱਜੂਗਾ ਜੇ ਕੋਈ ਪਲੇਅਰ ਭੱਜੂਗਾ ਤਾਂ ਉਹਨੂੰ ਫੈਡਰੇਸ਼ਨ ਵੱਲੋਂ ਬੈਨ ਵੀ ਕੀਤਾ ਜਾਊਗਾ ਅਤੇ ਉਹਨੂੰ ਫਾਈਨ ਵੀ ਕੀਤਾ ਜਾਊਗਾ ਹਾਂਜੀ ਅੱਛਾ ਮੇਜਰ ਕਬੱਡੀ ਲੀਗ ਜਿਹੜੀ ਮੇਜਰ ਲੀਗ ਕਬੱਡੀ ਬਣੀ ਆ ਨਵੀਂ ਇਸ ਸਾਲ ਤੁਸੀਂ ਉਹਦੇ ਮੈਂਬਰ ਹੋ ਮਤਲਬ ਕਿ ਪਲੇਅਰ ਹੋ ਉਸ ਫੈਡਰੇਸ਼ਨ 'ਚ ਤੁਸੀਂ ਤੁਹਾਨੂੰ ਖੇਡਣ ਦਾ ਮੌਕਾ ਮਿਲਿਆ ਕਿਹੋ ਜਿਹਾ ਪ੍ਰਬੰਧ ਲੱਗਾ ਤੁਹਾਨੂੰ ਔਰ ਕਿਹੋ ਜਿਹੀ ਲੱਗਾ ਉੱਧਰ ਖੇਡ ਕੇ ਹਾਂਜੀ ਕਬੱਡੀ ਨੂੰ ਨੈਕਸਟ ਲੈਵਲ 'ਤੇ ਲਿਜਾਣ ਲਈ ਉਹਦੇ ਵਿੱਚ ਬਹੁਤ ਉਪਰਾਲੇ ਕੀਤੇ ਜਾ ਰਹੇ ਆ ਅਤੇ ਅਸੀਂ ਹੋਰ ਵੀ ਪਲੇਅਰਾਂ ਨੇ ਬਣਾ ਰਲ ਮਿਲ ਕੇ ਫੈਡਰੇਸ਼ਨ ਬਣਾਈ ਆ ਅਤੇ ਸਾਡੇ ਪ੍ਰਮੋਟਰ ਭਰਾਵਾਂ ਨੇ ਸਾਡਾ ਸਾਥ ਦਿੱਤਾ ਮੈਂ ਹੋਰ ਵੀ ਕਹਿੰਦਾ ਵੀ ਸਾਡਾ ਵੱਧ ਚੜ੍ਹ ਕੇ ਸਾਥ ਦਿਓ ਆਪਾਂ ਅਸੀਂ ਉਹ ਚਾਹੁੰਦੇ ਹਾਂ ਜੋ ਕਬੱਡੀ ਦੇ ਵਿੱਚ ਅਸੀਂ ਇੱਥੇ ਤੱਕ ਖੇਡੇ ਹਾਂ ਸਾਨੂੰ ਜਾਂ ਸਾਡੇ ਤੋਂ ਪਹਿਲੇ ਪਲੇਅਰਾਂ ਨੂੰ ਕੁਛ ਨਹੀਂ ਉਹ ਹੋਇਆ ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਥੋੜ੍ਹਾ ਉੱਤੇ ਤਾਂ ਗਏ ਪਰ ਫਿਰ ਵੀ ਅਸੀਂ ਉਹ ਚੀਜ਼ਾਂ ਤੋਂ ਅਧੂਰੇ ਹਾਂ ਅਸੀਂ ਚਾਹੁੰਦੇ ਜਿਹੜੇ ਸਾਡੇ ਆਉਣ ਵਾਲੇ ਨਵੇਂ ਭਰਾ ਪਲੇਅਰ ਆ ਉਹ ਸਾਡੇ ਤੋਂ ਵੀ ਨੈਕਸਟ ਲੈਵਲ 'ਤੇ ਜਾ ਕੇ ਖੇਡਣ ਅਤੇ ਸਾਡੀ ਕਬੱਡੀ ਬਹੁਤ ਵਧੀਆ ਗੇਮ ਆ ਅਤੇ ਬਹੁਤ ਉਹ ਆ ਇਹ ਸਾਡੀ ਅਸੀਂ ਚਾਹੁੰਦੇ ਹਾਂ ਵੀ ਸਾਡੀ ਕਾਰਨ ਸਾਡੀ ਕਬੱਡੀ ਡਾਊਨ ਨਾ ਸਾਡੀ ਕਬੱਡੀ ਅੱਪ ਜਾਵੇ ਨੈਕਸਟ ਲੈਵਲ 'ਤੇ ਜਾਵੇ ਅਸੀਂ ਉੱਥੇ ਲਿਜਾਣ ਲਈ ਜੋ ਵੀ ਹੋਊਗਾ ਉਪਰਾਲਾ ਤਨੋ ਮਨੋ ਅਤੇ ਤਨੋ ਅਸੀਂ ਖੜ੍ਹੇ ਹਾਂ ਅਤੇ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਵਧੀਆ ਕੋਸ਼ ਕਰ ਰਹੇ ਹਾਂ ਅਤੇ ਜਿੰਨਾ ਵੀ ਸਾਡੇ ਸੋਚ ਆ ਜਾਂ ਜਿੰਨੀ ਸਾਡੀ ਅਪਰੋਚ ਆ ਅਸੀਂ ਉਹਦੇ ਮੁਤਾਬਕ ਬਹੁਤ ਜ਼ਿਆਦਾ ਅਸੀਂ ਆਪਣੀ ਕਬੱਡੀ ਵਾਸਤੇ ਕਰ ਰਹੇ ਹਾਂ ਅੱਛਾ ਖੁਸ਼ੀ ਲਾਸਟ 'ਤੇ ਪੁੱਛਣਾ ਚਾਹੁੰਦਾ ਪਾਕਿਸਤਾਨ ਦੇ ਵਿੱਚ ਟੀਮ ਗਈ ਹੋਈ ਆ ਆਲਰੇਡੀ ਤੁਸੀਂ ਬਾਅਦ ਵਿੱਚ ਜਾਣਾ ਪਾਕਿਸਤਾਨ ਤੋਂ ਕੱਪ ਜਿੱਤਣ ਦੇ ਆਸਾਰ ਹੈ ਕਿਹੋ ਜਿਹਾ ਖੇਡੂਗੀ ਟੀਮ ਉੱਥੇ ਟੀਮ ਬਹੁਤ ਵਧੀਆ ਖੇਡੂਗੀ ਜੀ ਜਿਹੜੀ ਕਿ ਇੱਥੇ ਆਪਣੇ ਹੋਏ ਸੀ ਪਿੱਛੇ ਚੈਂਪੀਅਨਸ਼ਿਪ ਹੈ ਨਾ ਅਤੇ ਉਹਦੇ ਵਿੱਚ ਉਹੀ ਟੀਮ ਸੀ ਅਤੇ ਜੇ ਜਿੱਦਾਂ ਕਿ ਉਹ ਟੀਮ ਸਾਰੀ ਜਾਂਦੀ ਹੈ ਅਤੇ ਇੱਕ ਦੋ ਪਲੇਅਰ ਨਵੇਂ ਸ਼ਾਮਿਲ ਕੀਤੇ ਆ ਬਹੁਤ ਵਧੀਆ ਪਲੇਅਰ ਆ ਅਤੇ ਟੀਮ ਬਹੁਤ ਵਧੀਆ ਭਾਰੀ ਆ ਅਤੇ ਹਮੇਸ਼ਾ ਹੀ ਕੋਈ ਗਰਾਊਂਡ ਦੇ ਵਿੱਚ ਜਾਂਦਾ ਹਾਰਨ ਲਈ ਕੋਈ ਨਹੀਂ ਆਉਂਦਾ ਟੀਮ ਜਿੱਤਣ ਲਈ ਗਈ ਆ ਅਤੇ ਪਰਮਾਤਮਾ ਮਿਹਰ ਕਰੇ ਟੀਮ ਵਧੀਆ ਪਰਫੋਰਮੈਂਸ ਦਿੱਤੀ ਅਤੇ ਟੀਮ ਜ਼ਰੂਰ ਜਿੱਤੂਗੀ ਅੱਛਾ ਖੁਸ਼ੀ ਦੇ ਐਕਸ਼ਨਾਂ 'ਤੇ ਬੜੀ ਦੁਨੀਆ ਮਰਦੀ ਆ ਖੁਸ਼ੀ ਐਕਸ਼ਨ ਪਾਊਗਾ ਜ਼ਰੂਰ ਉੱਥੇ ਲੁੱਡੀਆਂ ਪਾਊਗਾ ਪਾਕਿਸਤਾਨ ਦੀਆਂ ਗਰਾਊਂਡਾਂ 'ਚ ਹਾਂਜੀ ਪਰਮਾਤਮਾ ਮੌਕਾ ਦੇਵੇ ਖੁਸ਼ੀ ਦਾ ਭਾਲਦਾ ਇਹੋ ਜਿਹਾ ਕੰਮ ਅਤੇ ਜ਼ਰੂਰ ਪਾਊਗਾ
ਜੀ ਖੁਸ਼ੀ ਥੈਂਕ ਯੂ ਸੋ ਮਚ ਸਾਡੇ ਨਾਲ ਗੱਲ ਕਰਨ ਲਈ ਅੱਜ ਕਰਨ ਕਮਾਂਡ ਦੇ ਸਪੈਸ਼ਲ ਸੱਦੇ ਤੇ ਪਹੁੰਚੇ ਹੋ ਤੁਸੀਂ ਦਿੜਵੇ ਕੱਪ ਤੇ ਇਸ ਕੱਪ ਬਾਰੇ ਕੀ ਕਹਿਣਾ ਚਾਹੁੰਦੇ ਹੋ ਲੈ ਲੈਣੀ ਆਊਟ ਦੀਆਂ ਕਿਉਂਕਿ ਹਮੇਸ਼ਾ ਤੁਸੀਂ ਇਹ ਕੱਪ ਕਦੇ ਮਿਸ ਨਹੀਂ ਕੀਤਾ ਹਾਂਜੀ ਬਹੁਤ ਵਧੀਆ ਕੱਪ ਹੋ ਰਿਹਾ ਇਹ ਕੱਪ ਦੇਖ ਕੇ ਹੀ ਮੇਰੇ ਜਿੱਦਾਂ ਐਥਲੈਟਿਕ ਤੋਂ ਮੇਰੇ ਅੰਦਰ ਕਬੱਡੀ ਦਾ ਕੀੜਾ ਬਣਿਆ ਅਤੇ ਮੈਂ ਕਬੱਡੀ ਖੇਡਣ ਲੱਗਿਆ ਅਤੇ ਮੈਂ ਇੱਥੇ ਦਿੜਵੇ ਰਹਿ ਕੇ ਵੀ ਗਿਆ 4-5 ਸਾਲ ਆ ਜਿਹੜੀ ਅਕੈਡਮੀ ਆ ਇੱਥੇ ਰਹਿ ਕੇ ਗਿਆ ਮਿਹਨਤ ਕੀਤੀ ਆ ਖੇਡਿਆ ਅਤੇ ਇੱਥੇ ਜਦੋਂ ਵੀ ਮੌਕਾ ਮਿਲਿਆ ਮੈਂ ਖੇਡਿਆ ਵੀ ਹਾਂ ਅਤੇ ਜਦੋਂ ਵੀ ਮੈਨੂੰ ਮੌਕਾ ਮਿਲਦਾ ਇੱਥੇ ਆਉਣ ਦਾ ਮੈਨੂੰ ਬੁਲਾਵਾ ਜਾਂਦਾ ਅਤੇ ਮੈਂ ਜ਼ਰੂਰ ਪਹੁੰਚਦਾ ਮੈਨੂੰ ਹਾਂ ਕਿਉਂਕਿ ਇੱਕ ਜਨਮ ਭੂਮੀ ਇੱਕ ਕਰਮ ਭੂਮੀ ਅਤੇ ਦਿੜਵਾ ਮੇਰੀ ਕਰਮ ਭੂਮੀ ਹੈ ਅਤੇ ਦੁੱਗਾ ਮੇਰੀ ਜਨਮ ਭੂਮੀ ਆ ਅਤੇ ਇਹ ਦੋਨੇ ਭੂਮੀਆਂ ਨਾਲੋਂ ਮੈਂ ਟੁੱਟ ਨਹੀਂ ਸਕਦਾ ਥੈਂਕ ਯੂ ਸੋ ਮਚ ਖੁਸ਼ੀ ਲਾਸਟ 'ਤੇ ਕੋਈ ਮੈਸੇਜ ਟੀਮ ਪੰਜਾਬੀ ਦੇ ਦਰਸ਼ਕਾਂ ਨੂੰ ਮੈਂ ਇਹੀ ਵੀ ਕਬੱਡੀ ਨੂੰ ਸਾਡੀ ਨੂੰ ਬਿਨਾਂ ਕਹੇ ਬਦਨਾਮ ਨਾ ਕਰੋ ਜਿੱਦਾਂ ਤੁਸੀਂ ਦਰਸ਼ਕ ਚਾਹੁੰਦੇ ਆ ਉੱਦਾਂ ਹੀ ਕਬੱਡੀ ਹੋਊਗੀ ਅਤੇ ਬਾਕੀ ਨਵੇਂ ਪਲੇਅਰਾਂ ਨੂੰ ਅਤੇ ਭਰਾਵਾਂ ਨੂੰ ਸਾਰਿਆਂ ਨੂੰ ਉਹ ਆ ਵੀ ਰਲ ਮਿਲ ਕੇ ਚੱਲੋ ਇੱਕ ਦੂਜੇ ਦਾ ਸਾਥ ਦਿਓ ਅਤੇ ਵਧੀਆ ਹੋਊਗਾ ਥੈਂਕ ਯੂ ਸੋ ਮੱਚ ਖੁਸ਼ੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਬਹੁਤ ਬਹੁਤ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਇਸ ਖੁਸ਼ੀ ਦੁੱਗਾ ਥੈਂਕ ਯੂ ਸੋ ਮੱਚ